ਸਤਿ ਸ਼੍ਰੀ ਅਕਾਲ ਤੇਜ ਦੁਨੀਆ ਦੇ ਖਬਰਾਂ ਤੁਸੀਂ ਦੇਖ ਰਹੇ ਹੋ ਪੁਲਟਿੰਗ ਦੀ ਸ਼ੁਰੂਆਤ ਅੱਜ ਦੀਆਂ ਵੱਡੀਆਂ ਤੇ ਅਹਿਮ ਅਪਡੇਟਸ ਨਾਲ ਮੌਸਮ ਵਿਭਾਗ ਮੁਤਾਬਿਕ ਅਗਲੇ ਦਿਨ ਹੀ ਪੰਜਾਬ ਤੇ ਹਰਿਆਣਾ ਵਿੱਚ ਹੋਰ ਬਾਰਿਸ਼ ਹੋਵੇਗੀ ਤੇ ਜੁਲਾਈ ਦੇ ਪਹਿਲੇ ਹਫਤੇ ਮੌਨਸੂਨ ਪਹੁੰਚ ਜਾਵੇਗੀ। ਬੁੱਧਵਾਰ ਸ਼ਾਮ ਨੂੰ ਪੰਜਾਬ ਦੇ ਪੂਰਬੀ ਮਾਲਵਾ ਖੇਤਰ 'ਚ ਤੇਜ਼ ਹਵਾਵਾਂ ਚੱਲੀਆਂ ਤੇ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਨੇ ਮੌਸਮ ਨੂੰ ਠਾਰ ਦਿੱਤਾ। ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਮੀਂਹ ਤੇ ਤੇਜ਼ ਹਵਾਵਾਂ ਲਈ ਅਲਰਟ ਜਾਰੀ ਕੀਤਾ ਗਿਆ। ਇਸ ਮੁਤਾਬਿਕ ਮਾਨਸਾ, ਸੰਗਰੂਰ, ਬਰਨਾਲਾ, ਪਟਿਆਲਾ, ਫਤਿਹਗੜ੍ਹ ਸਾਹਿਬ, ਐਸੇ ਨਗਰ, ਬਠਿੰਡਾ, ਸ੍ਰੀ ਮੁਕਸਰ ਸਾਹਿਬ, ਫਰੀਦਕੋਟ, ਲੁਧਿਆਣਾ ਤੇ ਚੰਡੀਗੜ੍ਹ ਵਿੱਚ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਅਸ਼ੇ ਬਿਲਡਿੰਗ ਕਾਰਨ ਨਮੀ ਵਾਲੇ ਹਾਲਾਤ ਪੈਦਾ ਹੋਣੇ ਸ਼ੁਰੂ ਹੋ ਗਏ ਨੇ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ 28 ਜੂਨ ਨੂੰ ਤੇ ਪੂਰੇ ਪੰਜਾਬ ਵਿੱਚ 29-30 ਜੂਨ ਨੂੰ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਵਿੱਚ ਮੌਸਮ ਵਿਭਾਗ ਨੇ ਮੀਂਹ ਤੇ ਤੇਜ਼ ਹਵਾਵਾਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਵਿਭਾਗ ਨੇ ਵੀਰਵਾਰ ਨੂੰ ਦੂਜਾ ਅਲਰਟ ਜਾਰੀ ਕੀਤਾ ਜਿਸ ਦਾ ਪ੍ਰਭਾਵ ਦੁਪਹਿਰ ਤੱਕ ਰਹਿਣ ਦੀ ਸੰਭਾਵਨਾ ਹੈ ਨੇਪਾਲ ਵਿੱਚ ਮਾਨਸੂਨ ਨੇ ਤਬਾਹੀ ਮਚਾਈ ਹੋਈ ਹੈ ਨੇਪਾਲ ਦੇ ਵੱਖ-ਵੱਖ ਹਿੱਸਿਆਂ 'ਚ ਪਿਛਲੇ 24 ਘੰਟਿਆਂ 'ਚ ਜ਼ਮੀਨ ਖਿਸਕਣ ਹੜ ਅਤੇ ਬਿਜਲੀ ਡਿੱਗਣ ਦੀਆਂ ਘਟਨਾਵਾਂ 'ਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਹੈ ਨੈਸ਼ਨਲ ਡਿਆਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਅਥਾਰਟੀ ਐਨ ਡੀ ਆਰ ਐਮ ਐ ਜੋ ਕਿ ਨੇਪਾਲ ਦੇ ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰਦੀ ਹੈ ਉਸ ਦੇ ਅਨੁਸਾਰ ਜ਼ਮੀਨ ਖਿਸਕਣ ਕਾਰਨ 8 ਬਿਜਲੀ ਡਿੱਗਣ ਕਾਰਨ 5 ਅਤੇ ਹੜਾਂ ਕਾਰਨ 1 ਦੀ ਮੌਤ ਹੋਈ ਹੈ ਐਨ ਡੀ ਆਰ ਐਮ ਐ ਦੇ ਬੁਲਾਰੇ ਬੀਜ਼ਾਨ ਪਟਾਰੀ ਨੇ ਕਿਹਾ ਅਸੀਂ 26 ਜੂਨ 2024 ਨੂੰ ਕੁੱਲ 44 ਘਟਨਾਵਾਂ ਜੋ 14 ਲੋਕਾਂ ਦੀ ਮੌਤ ਹੋਈ ਸੀ ਜਿਨ੍ਹਾਂ ਵਿੱਚੋਂ 8 ਦੀ ਮੌਤ ਜ਼ਮੀਨ ਖਿਸਕਣ ਕਾਰਨ 5 ਦੀ ਬਿਜਲੀ ਡਿੱਗਣ ਕਾਰਨ ਅਤੇ 1 ਦੀ ਮੌਤ ਹੜ੍ਹ ਕਾਰਨ ਹੋਈ ਸੀ ਦੋ ਲੋਕ ਅਜੇ ਵੀ ਲਾਪਤਾ ਨੇ ਜਦਕਿ 10 ਲੋਕ ਚਕਮੀ ਹੋਏ ਨੇ ਟਾਟਾ ਦੀ ਘੱਟ ਕੀਮਤ ਵਾਲੀ 에어ਲਾਈਨ 에어 ਇੰਡੀਆ ਐਕਸਪ੍ਰੈਸ ਨੇ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਖੁਸ਼ਖਬਰੀ ਦਿੱਤੀ ਹੈ। 에어 ਇੰਡੀਆ ਐਕਸਪ੍ਰੈਸ ਦੀ ਸਭ ਤੋਂ ਵੱਡੀ ਸਪੈਸ਼ਲ ਸੇਲ ਦੇ ਤਹਿਤ ਗਾਹਕ ਸਸਤੇ ਵਿੱਚ ਹਵਾਈ ਯਾਤਰਾ ਕਰ ਸਕਦੇ ਨੇ। ਇਸ ਤਹਿਤ ਐਕਸਪ੍ਰੈਸ ਲਾਈਟ ਦਾ ਕਿਰਾਇਆ ਟਿਕਟ 883 ਰੁਪਏ ਤੋਂ ਸ਼ੁਰੂ ਹੋ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਉਸ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਸੇਲ ਹੈ। 에어 ਇੰਡੀਆ ਐਕਸਪ੍ਰੈਸ ਨੇ ਬੁੱਧਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਕੰਪਨੀ ਨੇ ਆਪਣੀ ਹੁਣ ਤੱਕ ਦੀ ਸਭ ਤੋਂ ਵੱਡੀ ਸਪੈਸ਼ਲ ਸੇਲ ਸ਼ੁਰੂ ਕੀਤੀ ਹੈ। ਇਸ ਦਾ ਲਾਭ ਇਸ ਦੀ ਵੈੱਬਸ ਐਕਸਪ੍ਰੈਸ ਮੋਬਾਈਲ ਐਪ ਅਤੇ ਹੋਰ ਪ੍ਰਮੁੱਖ ਬੁਕਿੰਗ ਚੈਨਲਾਂ ਤੋਂ ਲਿਆ ਜਾ ਸਕਦਾ ਹੈ ਇਸ ਤਹਿਤ ਤੁਸੀਂ 28 ਜੂਨ ਤੱਕ ਬੁਕਿੰਗ ਕਰਵਾ ਸਕਦੇ ਹੋ ਤੁਹਾਨੂੰ ਇਹਨਾਂ ਟਿਕਟਾਂ ਤੇ 30 ਸਤੰਬਰ 2024 ਤੱਕ ਯਾਤਰਾ ਕਰਨੀ ਪਵੇਗੀ ਕੰਪਨੀ ਦੇ ਅਨੁਸਾਰ Airindiaexpress.com ਅਤੇ Airindiaexpress ਮੋਬਾਈਲ ਐਪ ਤੇ ਬੁਕਿੰਗ ਕਰਨ ਵਾਲੇ ਮੈਂਬਰਾਂ ਲਈ ਐਕਸਪ੍ਰੈਸ ਲਾਈਟ ਦਾ ਕਿਰਾਇਆ 883 ਰੁਪਏ ਤੋਂ ਸ਼ੁਰੂ ਹੁੰਦਾ ਹੈ ਬਲੂਮਬਰਗ ਬਿਲੀਅਨियर्स ਇੰਡੈਕਸ ਮੁਤਾਬਕ 48 ਸਾਲਾ ਤਾਤੇ ਆਨਾ ਬਾਕਲੋ ਚੂਕਰੂਸ ਦੀ ਸਭ ਤੋਂ ਅਮੀਰ ਸਵੈ ਨਿਰਮਾਤ ਕਾਰੋਬਾਰੀ ਔਰਤ ਬਣ ਗਈ ਹੈ ਉਸ ਦੀ ਜਾਇਦਾਦ ਲਗਭਗ 67000 ਕਰੋੜ ਰੁਪਏ ਹੈ ਔਰ ਰੂਸ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਈ-ਕਮਰਸਰੀ ਟੇਲਰ ਵਾਈਲਡ ਵੇਰੀ ਦੀ ਸੰਸਥਾਪਕ ਹੈ ਤਾਂ ਤਿਆਨਾ ਨੇ ਇਸ ਦੀ ਸ਼ੁਰੂਆਤ 2004 ਵਿੱਚ ਆਪਣੀ ਜਨੇਪਾ ਛੁੱਟੀ ਦੌਰਾਨ ਕੀਤੀ ਸੀ ਉਸ ਨੇ ਇਹ ਉਦਮ ਆਪਣੇ ਫਲੈਟ ਵਿੱਚ 32000 ਰੁਪਏ ਨਾਲ ਸ਼ੁਰੂ ਕੀਤਾ ਸੀ ਇਸ ਨੂੰ ਰੂਸ ਦਾ ਐਮਾਜ਼ਾਨ ਕਿਹਾ ਜਾਂਦਾ ਹਾਲੇ ਵਿੱਚ ਰਾਸ਼ਟਰਪਤੀ ਪੁਤਿਨ ਨੇ ਤਾਂ ਤਿਆਨਾ ਨੂੰ ਅੰਤਰਰਾਸ਼ਟਰੀ ਭੁਗਤਾਨ ਨੈਟਵਰਕ ਸਵਿਫਟ ਨਾਲ ਮੁਕਾਬਲਾ ਕਰਨ ਲਈ ਇੱਕ ਪ੍ਰਣਾਲੀ ਬਣਾਇਆ ਦੀ ਜ਼ਿੰਮੇਵਾਰ ਦਿੱਤੀ ਹੈ ਜਦੋਂ 2004 ਵਿੱਚ ਅੰਗਰੇਜ਼ੀ ਅਧਿਆਪਕਾ ਤਾਤੇਆਨਾ ਜਨੇਪਾ ਛੁੱਟਦੇ ਸੀ ਉਹ ਮੁਸ਼ਕਿਲ ਨਾਲ ਪ੍ਰਬੰਧਨ ਕਰ ਰਹੀ ਸੀ ਉਸਦੇ ਪਤੀ ਇੱਕ ਆਈਟੀ ਪੇਸ਼ਾਵਰ ਹੋਣ ਦੇ ਬਾਵਜੂਦ 6 ਬੱਚਿਆਂ ਦਾ ਪਰਿਵਾਰ ਚਲਾਉਣਾ ਇੱਕ ਚੁਣੌਤੀ ਸੀ ਅਜਿਹੇ ਚ ਸੱਤਵੇਂ ਬੱਚੇ ਦੇ ਆਉਣ ਨਾਲ ਉਹਨਾਂ ਦੀ ਚਿੰਤਾ ਵਧ ਗਈ ਸੀ ਆਪਣੇ ਪਤੀ ਬਲਾਦੀਸਲਾਵ ਅਤੇ ਉਹਨਾਂ ਦਾ ਦੋਸਤ ਨਾਲ ਮਿਲ ਕੇ ਉਸਨੇ ਇੱਕ ਸ਼ਾਪਿੰਗ ਪਲੇਟਫਾਰਮ ਸ਼ੁਰੂ ਕਰਨ ਦੀ ਯੋਜਨਾ ਬਣਾਈ ਖਾਸ ਤੌਰ ਤੇ ਉਹਨਾਂ ਗਾਹਕਾਂ ਲਈ ਜਿਨ੍ਹਾਂ ਕੋਲ ਬਜਟ ਅਤੇ ਸਮੇਂ ਦੀ ਕਮੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੁਲਾਈ ਦੇ ਦੂਜੇ ਹਫਤੇ ਆਸਟਰੀਆ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਹੇ ਨੇ ਇਸ ਦੌਰੇ ਨਾਲ ਸਟਾਰਟਅਪ ਅਤੇ ਹਾਈ ਟੈਕ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਦੇ ਸਬੰਧ ਮਜ਼ਬੂਤ ਹੋ ਸਕਦੇ ਨੇ ਮੋਦੀ ਦੀ ਕੇਂਦਰੀ ਯੂਰਪੀ ਦੇਸ਼ ਦੀ ਪ੍ਰਸਤਾਬਿਤ ਯਾਤਰਾ ਚਾਰ ਦਹਾਕਿਆਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਯਾਤਰਾ ਹੋਵੇਗੀ ਇੰਦਰਾ ਗਾਂਧੀ 1983 ਵਿੱਚ ਆਸਟਰੀਆ ਦਾ ਦੌਰਾ ਕਰਨ ਵਾਲੀ ਆਖਰੀ ਭਾਰਤੀ ਪ੍ਰਧਾਨ ਮੰਤਰੀ ਸੀ ਦੋਵੇਂ ਦੇਸ਼ ਇਸ ਸਮੇਂ ਦੁਬਲਲੇ ਸੰਬੰਧਾਂ ਦੀ ਸਥਾਪਨਾ ਦੇ 75ਵੇਂ ਵਰੇ ਦਾ ਜਸ਼ਨ ਮਨਾ ਰਹੇ ਨੇ ਅਮਰੀਕਾ ਨੇ ਖਾਲਿਸਤਾਨੀ ਅਤਵਾਦੀ ਗੁਰਪ੍ਰਤਵਨ ਸਿੰਘ ਪੰਨੂ ਖਿਲਾਫ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ 'ਚ ਭਾਰਤ ਤੋਂ ਜਵਾਬਦੇਹੀ ਮੰਗੀ ਹੈ ਅਮਰੀਕੀ ਸਰਕਾਰ ਦੇ ਉਪ ਵਿਦੇਸ਼ ਮੰਤਰੀ ਕਟ ਕੈਂਪਫੈਲ ਨੇ ਕਿਹਾ ਕਿ ਅਸੀਂ ਇਹ ਮੁੱਦਾ ਸਿੱਧਾ ਭਾਰਤ ਸਰਕਾਰ ਕੋਲ ਉਠਾਇਆ ਤੇ ਨਾਲ ਹੀ ਜਾਂਚ ਕਮੇਟੀ ਦੀ ਰਿਪੋਰਟ ਵੀ ਮੰਗੀ ਹੈ ਵਾਸ਼ਿੰਗਟਨ ਇਸ ਮਾਮਲੇ ਵਿੱਚ ਜਵਾਬ ਚਾਹੁੰਦਾ ਹੈ ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਕਟ ਕੈਂਪਫੈਲ ਨੇ ਕਿਹਾ ਮੈਂ ਸਿਰਫ ਇਹ ਕਹਿਣਾ ਚਾਹਾਂਗਾ ਕਿ ਅਮਰੀਕਾ ਨੇ ਇਸ ਮੁੱਦੇ ਨੂੰ ਸਿੱਧੇ ਭਾਰਤ ਸਰਕਾਰ ਕੋਲ ਉੱਚ ਪੱਧਰ ਤੇ ਉਠਾਇਆ ਅਮਰੀਕਾ ਇਸ ਮਾਮਲੇ ਤੇ ਜਵਾਬਦੇਹੀ ਚਾਹੁੰਦਾ ਹੈ ਇਸ ਦੇ ਨਾਲ ਹੀ ਕਟ ਕੈਂਪਫੈਲ ਨੇ ਇਹ ਸਰਪਾਰਤੀ ਨਾਗਰਿਕ ਨikhil Gupta ਨੂੰ Czech Republic Police ਨੇ Pannu ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ 30 ਜੂਨ 2023 ਨੂੰ ਗ੍ਰਿਫਤਾਰ ਕੀਤਾ ਸੀ ਨikhil ਨੂੰ 14 ਜੂਨ 2024 ਨੂੰ ਅਮਰੀਕਾ ਹਵਾਲੇ ਕੀਤਾ ਗਿਆ ਸੀ ਪਿਛਲੇ ਸਾਲ ਅਮਰੀਕਾ ਨੇ ਦੋਸ਼ ਲਾਇਆ ਸੀ ਕਿ ਨਿਊਯਾਰਕ 'ਚ Pannu ਤੇ ਜਾਨ ਲੈਵਾ ਹਮਲਾ ਕਰਨ ਦੀ ਸਾਜ਼ਿਸ਼ ਰਚੀ ਗਈ ਸੀ ਇਸ ਵਿੱਚ ਭਾਰਤ ਦਾ ਹੱਥ ਸੀ ਇਸ ਸਾਜ਼ਿਸ਼ ਨੂੰ ناکਾਮ ਕਰ ਦਿੱਤਾ ਗਿਆ ਅਮਰੀਕਾ INS ਦੇ ਮੁਤਾਬਕ ਇਹ ਪਲੈਨਿੰਗ PM Modi ਦੇ ਅਮਰੀਕਾ ਦੌਰੇ ਦੌਰਾਨ ਕੀਤੀ ਗਈ ਸੀ ਹਾਲਾਂਕਿ ਜਾਣਕਾਰੀ 22 ਨਵੰਬਰ ਨੂੰ ਦਿੱਤੀ ਗਈ ਸੀ Pannu ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ ਨਿਊਯਾਰਕ ਪੁਲਿਸ ਚਾਰਜ ਸ਼ੀਟ 29 ਨਵੰਬਰ 2023 ਨੂੰ ਸਾਹਮਣੇ ਹੀ ਸੀ ਕੀਨੀਆ ਰਾਸ਼ਟਰਪਤੀ ਵਿਲੀਅਮ ਰੂਟੋ ਨੇ ਕੋਸ਼ਿਸ਼ ਨ ਕੀਤੀ ਹੈ ਕਿ ਉਹਨਾਂ ਦੀ ਸਰਕਾਰ ਨੇ ਨਵੇਂ ਟੈਕਸ ਪ੍ਰਸਤਾਵਾਂ ਨੂੰ ਵਾਪਸ ਲੈ ਲਿਆ ਜਿਨ੍ਹਾਂ ਨੇ 18 ਜੂਨ ਤੋਂ ਜਦੋਂ ਬੀਤੀ ਬਿੱਲ ਨੂੰ ਪਹਿਲੀ ਵਾਰ ਜਨਤਕ ਕੀਤਾ ਗਿਆ ਸੀ ਉਦੋਂ ਤੋਂ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਕੀਤਾ ਸੀ ਕਿ ਨੈਰੋਬੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਰੂਟੋ ਨੇ ਕਿਹਾ ਕਿ ਸਰਕਾਰ ਖਰਚਿਆਂ ਨੂੰ ਘਟਾਉਣ ਲਈ ਤੁਰੰਤ ਤਪੱਸਿਆ ਦੇ ਉਪਾਅ ਲਾਗੂ ਕਰੇਗੀ ਜਿਸ ਵਿੱਚ ਰਾਸ਼ਟਰਪਤੀ ਦੇ ਯਾਤਰਾ ਬਜਟ ਅਤੇ ਬਾਹਾਨਾ ਦੀ ਖਰੀਦ ਵਿੱਚ ਕਟੌਤੀ ਸ਼ਾਮਲ ਹੈ ਇਹ ਉਪਾਅ ਕੌਂਟੀਆ ਅਤੇ ਮੰਤਰਾਲੇ ਤੇ ਵੀ ਲਾਗੂ ਹੋਣਗੇ ਇਹ ਕੋਸ਼ਨਾ ਮੰਗਲਵਾਰ ਨੂੰ ਨੈਰੋਬੀ ਵਿੱਚ ਹਿੰਸਕ ਪ੍ਰਦਰਸ਼ਨਾਂ ਵਿੱਚ 6 ਲੋਕਾਂ ਦੀ ਮੌਤ 150 ਤੋਂ ਬਾਅਦ ਚਖਮੀ ਹੋਣ ਤੋਂ ਬਾਅਦ ਆਈ ਹੈ ਸਰਕਾਰ ਵਿਰੋਧੀ ਨਾਅਰੇ ਲਗਾ ਰਹੇ ਪ੍ਰਦਰਸ਼ਨਕਾਰੀਆਂ ਨੇ ਭਾਰੀ ਸੁਰੱਖਿਆ ਵਾਲੇ ਸੰਸਦ ਕੰਪਲੈਕਸ ਵਿੱਚ ਪੰਨ ਤੋੜ ਕੀਤੀ ਜਿਸ ਨਾਲ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਅਤੇ ਇਮਾਰਤ ਦੇ ਇੱਕ ਹਿੱਸੇ ਨੂੰ ਅੱਗ ਲਗਾ ਦਿੱਤੀ ਗਈ ਕਾਂਗਰਸ ਨੇ ਬੁੱਧਵਾਰ ਨੂੰ ਆਪਣੇ ਆਗੂ ਸੰਪਿਤਰੋਦਾ ਨੂੰ ਫਿਰ ਤੋਂ ਇੰਡੀਅਨ ਓਵਰਸੀਜ਼ ਕਾਂਗਰਸ ਦਾ ਮੁਖੀ ਨਿਯੁਕਤ ਕੀਤਾ ਪਾਰਟੀ ਦੇ ਜਨਰਲ ਸਕੱਤਰ ਕੇ ਸੀ ਵੈਨੂ ਗੋਪਾਲ ਵੱਲੋਂ ਜਾਰੀ ਬਿਆਨ ਅਨੁਸਾਰ ਪਿਤਰੋਦਾ ਨੂੰ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਮੁੜ ਨਿਯੁਕਤ ਕੀਤਾ ਪਿਤਰੋਦਾ ਨੇ ਲੋਕ ਸਭਾ ਚੋਣਾਂ ਦੌਰਾਨ 8 ਮਈ ਨੂੰ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਉਹਨਾਂ ਦੀ ਟਿੱਪਣੀ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਸੀ ਕਿ ਪੂਰਬ ਦੇ ਲੋਕ ਚਿੱਨੀ ਵਰਗੇ ਵਿਖਾਈ ਦਿੰਦੇ ਨੇ ਅਤੇ ਦੱਖਣੀ ਭਾਰਤੀ ਅਫਰੀਕੀ ਵਰਗੇ ਵਿਖਾਈ ਦਿੰਦੇ ਨੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਸਾਧਿਆ ਸੀ ਅਤੇ ਦਾਵਾ ਕੀਤਾ ਸੀ ਕਿ ਉਹਨਾਂ ਨੇ ਵਿਰੋਧੀ ਪਾਰਟੀ ਦੀ ਵੰਡਪਾਉ ਸਿਆਸਤ ਦਾ ਪਰਦਾ ਫਾਸ਼ ਕੀਤਾ। ਸਵੇਸਨ ਦੇਸ਼ ਦੁਨੀਆ ਦੇ ਖਬਰ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਸ਼ੀਕਾਲ।